ਸਾਰੇ ਪਹੁੰਚੇ ਨੇ ਸਾਰਿਆਂ ਦਾ ਪਹਿਲਾਂ ਬੜਾ ਧੰਨਵਾਦ ਕਰਦਾ ਕਿ ਸਾਰੇ ਸਾਡੇ ਬੜੇ ਸਤਿਕਾਰਯੋਗ ਸਾਡੇ ਬੜੇ ਮਾਣਯੋਗ ਨੇ ਸਾਡੀ ਪੂਰੀ ਯੂਨੀਅਨ ਸਾਡੇ ਮੈਂਬਰ ਅਤੇ ਜੋ ਵੀ ਪ੍ਰਧਾਨ ਜੀ ਉਹਨਾਂ ਨੇ ਮੰਗਾਂ ਦੱਸੀਆਂ ਬੋਲ ਕੇ ਦੱਸੀਆਂ ਇੱਕ ਇੱਕ ਮੰਗ ਬਿਲਕੁਲ ਜਾਇਜ਼ ਬਿਲਕੁਲ ਸਹੀ ਹੈ ਸੋ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਕਿਉਂਕਿ ਸਾਨੂੰ ਹਾਲੇ ਮੰਤਰੀ ਸਾਹਿਬ ਨੂੰ ਬਣਿਆ ਨੂੰ ਸਿਰਫ 3-4 ਦਿਨ ਹੀ ਹੋਏ ਨੇ ਜ਼ਿਆਦਾ ਨਹੀਂ ਹੋਏ ਨੇ ਪਰ ਤੁਸੀਂ ਜਾਣਦੇ ਵੀ ਹੋ ਮੰਤਰੀ ਸਾਹਿਬ ਨੇ 2.5 ਸਾਲਾਂ ਦੇ ਵਿੱਚ ਹਲਕੇ ਦੇ ਵਿੱਚ ਕਾਫੀ ਕੰਮ ਕੀਤੇ ਨੇ ਨਿਸਵਾਰਥ ਬੜੀ ਸੇਵਾ ਕਰ ਰਹੇ ਨੇ ਅਤੇ ਮੈਂ ਸਾਰੇ ਹੀ ਮੇਰੇ ਵੱਡੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਮੈਂ ਇਹ ਭਰੋਸਾ ਦਿਵਾਉਂਦਾ ਕਿ ਇਹ ਮੰਗ ਪੱਤਰ ਮੰਤਰੀ ਸਾਹਿਬ ਨੂੰ ਦਿਆਂਗੇ ਅਤੇ ਮੰਤਰੀ ਸਾਹਿਬ ਅੱਗੇ ਵਿਧਾਨ ਸਭਾ ਵਿੱਚ ਤੁਸੀਂ ਦੇਖਿਆ ਵੀ ਹੋਏਗਾ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਸੋ ਪਹਿਲ ਦੇ ਤੌਰ 'ਤੇ ਜਲਦ ਤੋਂ ਜਲਦ ਇਹ ਕੰਮ ਕਰਾਇਆ ਜਾਵੇਗਾ ਧੰਨਵਾਦ ਜੀ ਤੁਸੀਂ ਸਾਰਾ ਪੰਜਾਬ ਜਾਣਦਾ ਸਾਡੇ ਮੰਤਰੀ ਸਾਹਿਬ ਪੜ੍ਹੇ ਲਿਖੇ ਇੱਕ ਵਧੀਆ ਇੱਕ ਜਦੋਂ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸਾਨੂੰ ਸਮਾਂ ਦਿਓ ਮਹੀਨਾ ਦਿਓ 2 ਮਹੀਨੇ ਦਿਓ 6 ਮਹੀਨੇ ਦਿਓ ਅਸੀਂ 2.5 ਸਾਲ ਤੋਂ ਉਡੀਕ ਰਹੇ ਹਾਂ ਅਜੇ ਤੱਕ 92 ਬੰਦੇ ਹੋਣ ਦੇ ਬਾਵਜੂਦ ਦੀ ਸਰਕਾਰ ਬਹੁਮਤ ਵਿੱਚ ਹੋਣ ਦੇ ਬਾਵਜੂਦ ਦੀ ਸਾਡੀ ਮੰਗ ਪੂਰੀ ਨਹੀਂ ਕਰ ਰਹੀ ਤਾਂ ਫਿਰ ਕਦੋਂ ਕਰੂਗੀ ਨਾਲੇ ਸਰ ਜਿਹੜੀ NPA ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਇਹਦੇ ਲਈ ਸਰਕਾਰ ਨੂੰ ਪੈਸਾ ਚਾਹੀਦਾ ਨਹੀਂ ਕਰੋੜਾਂ ਰੁਪਇਆ ਫੰਡ ਜਿਹੜਾ ਉਹ ਦੇ ਰਿਹਾ ਸੈਂਟਰ ਨੂੰ ਉਹ ਵਾਪਸ ਨਹੀਂ ਦੇ ਰਿਹਾ ਤੁਸੀਂ ਸਾਡੇ GPF ਖਾਤੇ ਸਾਡੀ ਇਹੀ ਡਿਮਾਂਡ ਹੈ ਸਾਡੇ ਪਹਿਲੇ ਸਿੱਖਿਆ ਮੰਤਰੀ ਨਾਲ ਵੀ ਇੱਕ ਵਾਰ ਪ੍ਰਧਾਨ ਮੰਤਰੀ ਆਪਾਂ ਗਏ ਸੀ ਕਿ ਸਾਨੂੰ ਸਗੋਂ ਪੈਸੇ ਵਾਪਸ ਮਿਲਣੇ ਨੇ ਸਰ ਸਰਕਾਰ ਇੰਨੀ ਗੱਲ ਸਮਝਦੀ ਨਹੀਂ ਪਤਾ ਕਰਨ ਜਾਂਦੀ ਅੱਜ ਤੱਕ ਨਾ ਤਾਂ ਕਮੇਟੀ ਲੱਭੀ ਆ ਤੇ ਨਾ ਹੀ ਕਮੇਟੀ ਵਾਲੇ ਬੰਦੇ